ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ। ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ ਹੈ। ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ, ਜਿਵੇਂ ਟਰੈਕਟਰ, ਟਰਾਲੀ, ਕਾਰ, ਜੀਪ, ਹਲ ਤਵੀਆਂ, ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸਦੀ ਲੋੜੀਂਦੀ ਜਾਣਕਾਰੀ, ਜਿਵੇਂ ਉਸਦਾ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਹੈ, ਇਹ ਸਾਰੀ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ 'ਤੇ ਭੇਜ ਕੇ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਕਰਵਾ ਸਕਦੇ ਹੋ। ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ, ਕੋਈ ਕਮਿਸ਼ਨ ਨਹੀਂ ਆਪਣਾ। ਅਤੇ ਜੇ ਕੋਈ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦਾ ਐਡ ਕਰਵਾਉਣ ਲਈ, ਤਾਂ ਉਸਦਾ ਰੇਟ ਮਾਰਕੀਟ ਵੈਲਿਊ ਉਸ ਹਿਸਾਬ ਨਾਲ ਹੀ ਦੱਸਿਆ ਕਰੋ, ਉਨਾ ਕੁ ਰੇਟ ਦੱਸਿਆ ਕਰੋ ਜਿੰਨੇ ਕੁ ਦੀ ਮਸ਼ੀਨਰੀ ਹੋਵੇ। ਅੱਜ ਆਪਣੇ ਕੋਲ ਸੇਲ ਵਿੱਚ 6 ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਸੋਨਾਲੀਕਾ 750 DI ਟਰੈਕਟਰ ਹੈ, ਸਵਰਾਜ 855 FE ਟਰੈਕਟਰ ਹੈ, ਮਹਿੰਦਰਾ 575 DI ਟਰੈਕਟਰ ਹੈ, ਸਵਰਾਜ 8100 ਕੰਬਾਈਨ ਹੈ, 7 ਫੁੱਟਾ ਰੋਟਾਵੇਟਰ ਹੈ ਅਤੇ ਫੋਰਡ 3600 ਮੋਡੀਫਾਈ ਟਰੈਕਟਰ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫੋਰਡ 3600 ਮੋਡੀਫਾਈ ਟਰੈਕਟਰ ਦੀ। 1987 ਮਾਡਲ ਟਰੈਕਟਰ ਹੈ ਅਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਰਾਮਪੁਰਾ ਫੂਲ ਏਰੀਆ ਹੈ, ਜ਼ਿਲ੍ਹਾ ਬਠਿੰਡਾ, ਜਿੱਥੇ ਟਰੈਕਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ, ਮੋਡੀਫਾਈ ਹੋਣ ਕਰਕੇ ਰੰਗ ਪੇਂਟ ਟਰੈਕਟਰੋਂ ਦੁਆਰਾ ਕੀਤਾ ਗਿਆ, 2K ਦਾ ਬਿਲਕੁਲ ਓਰਿਜਿਨਲ ਪੇਂਟ ਹੋਇਆ ਹੈ। ਬਾਕੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ, ਸਾਰੀ ਅਸੈਸਰੀ ਬਿਲਕੁਲ ਨਵੀਂ ਲੱਗੀ ਹੋਈ ਹੈ। ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਬਿਲਕੁਲ ਨਵੇਂ ਟਾਇਰ ਲੱਗੇ ਹੋਏ ਹੈ ਅਤੇ ਟਰੈਕਟਰ ਦੇ ਅਗਲੇ ਟਾਇਰਾਂ 'ਤੇ ਮੜਘਾੜ ਚੜੇ ਹੋਏ ਹੈ, ਫਾਈਬਰ ਹੁੱਡ ਵਗੈਰਾ ਅਤੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ। ਟਰੈਕਟਰ ਸਿੰਗਲ ਕਲੱਚ, ਸਿੰਪਲ ਸਟੀਅਰਿੰਗ ਅਤੇ ਸੈਂਟਰ ਗੇਅਰ ਦੇ ਨਾਲ ਹੈ। ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ, ਕਿਤੋਂ ਕੋਈ ਲੀਕਿੰਗ ਨਹੀਂ, ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ। ਟਰੈਕਟਰ ਲੈਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਟਰੈਕਟਰ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 1,75,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਜਾਂ ਵਟਸਐਪ 'ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਸਾਰੇ ਵੀਰਾਂ ਨੂੰ ਇੱਕ ਹੋਰ ਰਿਕੁਐਸਟ ਹੈ, ਕੋਈ ਵੀ ਮਸ਼ੀਨਰੀ ਖਰੀਦਣ ਸਮੇਂ ਉਸ ਮਸ਼ੀਨਰੀ ਦੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰੋ ਤਾਂ ਕਿ ਬਾਅਦ ਵਿੱਚ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆ ਸਕੇ। ਹੁਣ ਗੱਲ ਕਰਦੇ ਹਾਂ ਜੀ ਜੱਗੀ 7 ਫੁੱਟੇ ਰੋਟਾਵੇਟਰ ਦੀ। 2018 ਮਾਡਲ ਰੋਟਾਵੇਟਰ ਹੈ ਅਤੇ ਰੋਟਾਵੇਟਰ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ, ਜਿੱਥੇ ਰੋਟਾਵੇਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਰੋਟਾਵੇਟਰ ਦੀ ਤੁਸੀਂ ਦੇਖ ਸਕਦੇ ਹੋ, ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਰੰਗ ਪਿੰਡ ਪਿਆ ਹੈ, ਕਿਤੋਂ ਵੀ ਰੰਗ ਪਿੰਡ ਖਰਾਬ ਨਹੀਂ ਹੋਇਆ, ਨਾ ਹੀ ਕਿਤੇ ਕੋਈ ਡੈਮੇਜ ਹੈ, ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਰੋਟਾਵੇਟਰ ਖੜ੍ਹਾ ਹੈਗਾ। ਬਾਕੀ ਮਾਰਕੇ ਵਗੈਰਾ ਸਾਰੇ ਨਾਲ ਦੇ ਲੱਗੇ ਹੋਏ ਨੇਗੇ, ਕਿਤੋਂ ਵੀ ਕੋਈ ਮਾਰਕਾ ਲਿਹਾ ਨਹੀਂ ਹੋਇਆ। ਰੋਟਾਵੇਟਰ ਦੇ ਜੋ ਬਲੇਡ ਨੇ 95 ਪੈਸੇ ਤਕਰੀਬਨ ਬਲੇਡ ਪਏ ਹੈ। ਬਾਕੀ ਬਲੇਡਾਂ ਦੀਆਂ ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ। ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੋਟਾਵੇਟਰ ਚੱਲਦਾ ਹੈ। ਰੋਟਾਵੇਟਰ ਲੈਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਰੋਟਾਵੇਟਰ ਨੂੰ ਖਰੀਦ ਸਕਦੇ ਹੋ। ਰੋਟਾਵੇਟਰ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 1,10,000 ਰੁਪਏ। ਡਰਿੱਲ ਸਮੇਤ ਦਿੱਤਾ ਜਾਊਗਾ ਰੋਟਾਵੇਟਰ ਅਤੇ ਫੋਨ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਵਟਸਐਪ 'ਤੇ ਗੱਲਬਾਤ ਕਰਕੇ ਇਹ ਰੋਟਾਵੇਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ। ਹੁਣ ਗੱਲ ਕਰਦੇ ਹਾਂ ਜੀ ਪ੍ਰੀਤ 8100 ਕੰਬਾਈਨ ਦੀ। 2013 ਮਾਡਲ ਕੰਬਾਈਨ ਹੈ ਅਤੇ ਕੰਬਾਈਨ ਦਾ ਜੋ ਏਰੀਆ ਹੈ ਉਹ ਪਟਿਆਲਾ ਏਰੀਆ ਹੈ, ਜਿੱਥੇ ਕੰਬਾਈਨ ਖੜ੍ਹੀ ਹੈ। ਬਾਕੀ ਕੰਡੀਸ਼ਨ ਕੰਬਾਈਨ ਦੀ ਤੁਸੀਂ ਦੇਖ ਸਕਦੇ ਹੋ, ਆਲ ਓਰਿਜਿਨਲ ਕੰਬਾਈਨ ਹੈ, ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਦਾ ਰੰਗ ਪਿੰਡ ਪਿਆ ਹੈ, ਕਿਤੋਂ ਵੀ ਰੰਗ ਪਿੰਡ ਖਰਾਬ ਨਹੀਂ ਹੋਇਆ, ਨਾ ਹੀ ਕਿਤੇ ਕੋਈ ਡੈਮੇਜ ਹੈ, ਸਾਰੀ ਓਰਿਜਿਨਲ ਕੰਬਾਈਨ ਹੈਗੀ। ਕੰਬਾਈਨ ਦੇ ਜੋ ਟਾਇਰ ਨੇਗੇ ਉਹ ਵੀ ਕੰਬਾਈਨ ਦੇ ਨਾਲ ਦੇ ਟਾਇਰ ਹੈ।
40 ਕੁ ਪੈਸੇ ਤਕਰੀਬਨ ਕੰਬਾਈਨ ਦੇ ਟਾਇਰ ਲੱਗੇ ਹੋਏ ਹੈ, ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਹੈ, ਬਾਕੀ ਬਿਲਕੁਲ ਨਵੀਂ ਬੈਟਰੀ ਧਰਵਾਈ ਹੋਈ ਹੈ, ਬਾਕੀ ਏ ਕਲਾਸ ਕੰਡੀਸ਼ਨ ਦੇ ਵਿੱਚ ਕੰਬਾਈਨ ਚੱਲਦੀ ਹੈ, ਇੰਜਨ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ, ਅਤੇ ਮਾਲਕ ਵੀਰਾਂ ਨੇ ਕੰਬਾਈਨ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 740,000 ਰੁਪਏ, ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ, ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ ਹੈ, ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਜਾਂ ਵਟਸਐਪ 'ਤੇ ਗੱਲਬਾਤ ਕਰਕੇ ਇਹ ਕੰਬਾਈਨ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ। ਹੁਣ ਗੱਲ ਕਰਦੇ ਹਾਂ ਜੀ ਸੋਨਾਲੀਕਾ 750 DI ਟਰੈਕਟਰ ਦੀ। 2009 ਮਾਡਲ ਟਰੈਕਟਰ ਹੈ ਅਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਤਰਨ ਤਾਰਨ ਏਰੀਆ ਹੈ ਜਿੱਥੇ ਟਰੈਕਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ, ਆਲ ਓਰੀਜਨਲ ਟਰੈਕਟਰ ਹੈ, ਬਾਡੀ ਚਾਸੀ ਲਿੰਕਾਂ ਦਾ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਹੈ, ਕਿਤੋਂ ਵੀ ਦੁਬਾਰਾ ਪੇਂਟ ਨਹੀਂ ਕੀਤਾ ਗਿਆ, ਸਾਫ਼ ਸੁਥਰਾ ਇਕਦਮ ਵਧੀਆ ਸ਼ੈਨਿਕ ਦੇ ਵਿੱਚ ਰੰਗ ਪੇਂਟ ਪਿਆ ਹੈ, ਅਤੇ ਟਰੈਕਟਰ ਦੇ ਜੋ ਟਾਇਰ ਨੇ ਅਗਲੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਹੈ ਅਤੇ ਪਿਛਲੇ ਟਾਇਰ 35 ਪੈਸੇ ਨੇ, 30-35 ਪੈਸੇ ਪਿਛਲੇ ਟਾਇਰ ਹੈ। ਬਾਕੀ ਟਰੈਕਟਰ ਡਬਲ ਕਲੱਚ ਸਿੰਪਲ ਸਟੀਅਰਿੰਗ ਅਤੇ ਸਾਈਡ ਗੇਅਰ ਦੇ ਨਾਲ ਹੈ, ਬਾਕੀ ਇੰਜਣ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ, ਕਿਤੋਂ ਕੋਈ ਲੀਕਿੰਗ ਨਹੀਂ, ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ। ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਟਰੈਕਟਰ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 320,000 ਰੁਪਏ, ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ, ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ ਹੈ, ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਜਾਂ ਵਟਸਐਪ 'ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ। ਹੁਣ ਗੱਲ ਕਰਦੇ ਹਾਂ ਜੀ ਸਵਰਾਜ 855 FE ਟਰੈਕਟਰ ਦੀ। 2018 ਮਾਡਲ ਟਰੈਕਟਰ ਹੈ ਅਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਟਰੈਕਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ, ਆਲ ਓਰੀਜਨਲ ਟਰੈਕਟਰ ਹੈ, ਬਾਡੀ ਚਾਸੀ ਲਿੰਕਾਂ ਦਾ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਹੈ, ਕਿਤੋਂ ਵੀ ਦੁਬਾਰਾ ਪੇਂਟ ਨਹੀਂ ਕੀਤਾ ਗਿਆ, ਸਾਫ਼ ਸੁਥਰਾ ਇਕਦਮ ਵਧੀਆ ਸ਼ੈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ, ਸਾਰੇ ਜੈਨੂਨ ਪਾਰਟਸ ਲੱਗੇ ਹੋਏ ਨੇ, ਕੁਝ ਵੀ ਚੇਂਜ ਨਹੀਂ ਕੀਤਾ ਗਿਆ। ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ, 85 ਪੈਸੇ ਟਰੈਕਟਰ ਦੇ ਟਾਇਰ ਪਏ ਹੈ, ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਲੱਗੇ ਹੋਏ ਹੈ। ਟਰੈਕਟਰ ਡਬਲ ਕਲੱਚ, ਪਾਵਰ ਬ੍ਰੇਕ, ਪਾਵਰ ਸਟੀਅਰਿੰਗ, ਸੈਂਟਰ ਗੇਅਰ ਅਤੇ ਰਿਵਰਸ ਪੀਟ ਉਹਦੇ ਨਾਲ ਹੈ, ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ। 1157 ਘੰਟੇ ਟਰੈਕਟਰ ਚੱਲਿਆ ਹੋਇਆ ਹੈ, ਬਿਲਕੁਲ ਓਰੀਜਨਲ ਚੱਲਿਆ ਹੈ, ਮੀਟਰ ਨਾਲ ਕੋਈ ਵੀ ਛੇੜਛਾੜ ਨਹੀਂ। ਬਾਕੀ ਬਿਲਕੁਲ ਨਿਊ ਟਰੈਕਟਰ ਹੈਗਾ, ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈ। ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਟਰੈਕਟਰ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 600,000 ਰੁਪਏ, ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ, ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ ਹੈ, ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਜਾਂ ਵਟਸਐਪ 'ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ। ਹੁਣ ਗੱਲ ਕਰਦੇ ਹਾਂ ਜੀ ਮਹਿੰਦਰਾ 575 DI ਟਰੈਕਟਰ ਦੀ। 2014 ਮਾਡਲ ਟਰੈਕਟਰ ਹੈ ਅਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਟਰੈਕਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ, ਆਲ ਓਰੀਜਨਲ ਟਰੈਕਟਰ ਹੈ, ਬਾਡੀ ਜਾਸੀ ਲਿੰਕਾਂ ਦਾ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਹੈ, ਕਿਤੋਂ ਵੀ ਦੁਬਾਰਾ ਪੇਂਟ ਨਹੀਂ ਕੀਤਾ ਗਿਆ, ਸਾਫ਼ ਸੁਥਰਾ ਇਕਦਮ ਵਧੀਆ ਸ਼ੈਨਿਕ ਦੇ ਵਿੱਚ ਰੰਗ ਪੇਂਟ ਪਿਆ ਹੈ। ਬਾਕੀ ਟਰੈਕਟਰ ਦੇ ਸਾਰੇ ਜੈਨੂਨ ਪਾਰਟਸ ਲੱਗੇ ਹੋਏ ਨੇ, ਕੁਝ ਵੀ ਚੇਂਜ ਨਹੀਂ ਕੀਤਾ ਗਿਆ। ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ, 90 ਪੈਸੇ ਤਕਰੀਬਨ ਟਰੈਕਟਰ ਦੇ ਟਾਇਰ ਲੱਗੇ ਹੋਏ ਹੈ, ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਹੈ। 734 ਘੰਟੇ ਟਰੈਕਟਰ ਚੱਲਿਆ ਹੋਇਆ ਹੈ, ਬਿਲਕੁਲ ਓਰੀਜਨਲ ਚੱਲਿਆ, ਮੀਟਰ ਨਾਲ ਕੋਈ ਵੀ ਛੇੜਛਾੜ ਨਹੀਂ। ਬਾਕੀ ਟਰੈਕਟਰ ਦੇ ਸਾਰੇ ਜੈਨੂਨ ਪਾਰਟਸ ਨੇਗੇ, ਟਰੈਕਟਰ ਡਬਲ ਕਲੱਚ, ਪਾਵਰ ਬ੍ਰੇਕ, ਪਾਵਰ ਸਟੀਅਰਿੰਗ, ਸੈਂਟਰ ਗੇਅਰ ਅਤੇ ਰਿਵਰਸ ਪੀਟ ਉਹਦੇ ਨਾਲ ਹੈ। ਬਾਕੀ ਇੰਜਣ ਗੇਅਰ ਦਾ ਟਰੈਕਟਰ ਬਿਲਕੁਲ ਸੀਲਡ ਹੈ, ਕਿਤੋਂ ਵੀ ਚਾਬੀ ਤੱਕ ਨਹੀਂ ਲੱਗੀ ਹੋਈ, ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈ। ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ।
ਅਤੇ ਰੇਟ ਮਾਲਕ ਵੀਰ ਟਰੈਕਟਰ ਦਾ ਫੋਨ 'ਤੇ ਕਰਨਗੇ, ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋ ਹੋ ਰਿਹਾ, ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਜਾਂ ਵਟਸਐਪ 'ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ। ਸਾਰੇ ਵੀਰਾਂ ਨੂੰ ਇੱਕ ਹੋਰ ਰਿਕੁਐਸਟ ਹੈ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਅਤੇ ਕਿ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਉਹ ਜ਼ਰੂਰ ਦੱਸਦਿਆ ਕਰੋ, ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਅਤੇ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ। ਅਤੇ ਕਿ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਹੈ, ਉਹ ਉਸ ਮਸ਼ੀਨਰੀ ਦਾ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਹੈ, ਇਹ ਸਾਰੀ ਜਾਣਕਾਰੀ ਵੀ ਜ਼ਰੂਰ ਦੱਸਦਿਆ ਕਰਨ। ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ, ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ। ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦ ਤੋਂ ਜਲਦ ਲਾ ਸਕੀਏ ਅਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ। ਅਤੇ ਇੱਕ ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਜਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਣ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ। ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਜੱਟਾਂ ਟਰੈਕਟਰ ਦੇ ਨਾਲ। ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ।